ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕਰ, ਅੱਜ ਮੈਂ ਬੈਠਾ ਨਾ ਉਸ ਚੀਜ਼ 'ਤੇ ਮੈਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ। ਠੀਕ ਹੈ ਡਾਰਲਿੰਗ, ਕਈ ਵਾਰੀ ਆਪਾਂ ਇਕੱਠੇ ਕੰਮ ਕਰਦੇ ਹਾਂ, ਕਿਤੇ ਆਪਣੀ ਦੋਸਤੀ ਮਿੱਤਰਤਾ ਹੁੰਦੀ ਹੈ, ਅਤੇ 100 ਵਾਰੀ ਹੁੰਦੇ ਵੀ ਆਪਣੇ ਸਰਕਮਸਟਾਂਸਿਸ ਖਰਾਬ ਹੋ ਜਾਂਦੇ ਉਹਨਾਂ ਨੇ ਵੀ, ਠੀਕ ਆ ਆਪਾਂ ਇੱਕ ਦੂਜੇ ਨਾਲ ਨਹੀਂ ਬਣਦੀ, ਅਤੇ ਮੇਰਾ ਉਸ ਚੀਜ਼ 'ਤੇ ਇਹ ਸੁਭਾਅ ਵੀ ਆਪਾਂ ਨੈਗੇਟਿਵਿਟੀ ਨਾ ਕ੍ਰੀਏਟ ਕਰੀਏ। ਠੀਕ ਹੈ ਯਾਰ, ਉਹ ਆਪਦੇ ਵਧੀਆ ਕੰਮ ਕਰ ਰਹੇ ਨੇ, ਹੈ ਨਾ, ਮੈਂ ਆਪਦਾ ਕੰਮ ਕਰ ਰਿਹਾ। ਠੀਕ ਹੈ, ਸਨੀ ਦਾ ਮੈਨੂੰ ਮੈਸੇਜ ਵੀ ਆਇਆ ਸੀ, ਸਨੀ ਨਾਲ ਠੀਕ ਹੈ ਯਾਰ, ਮੈਂ ਉਹਨੂੰ ਵੀ ਇਹੀ ਕਿਹਾ ਵੀ ਭਰਾ ਤਾਂ ਭਰਾ ਹੀ, ਚੱਲ ਠੀਕ ਹੈ, ਕਈ ਵਾਰੀ ਜਿੱਥੇ ਆਪਾਂ ਵਰਤ ਰਹੇ ਹਾਂ ਉੱਥੇ 100 ਵਾਰੀ ਲੜਾਈ ਝਗੜਾ ਵੀ ਹੋ ਜਾਂਦਾ, ਕਈ ਚੀਜ਼ਾਂ ਦੇ ਉੱਤੇ ਆਪਾਂ ਸਹਿਮਤੀ ਵੀ ਨਹੀਂ ਹੁੰਦੀ, ਵੀ ਕਈ ਚੀਜ਼ਾਂ 'ਤੇ ਆਪਾਂ ਨੂੰ ਬੁਰਾ ਵੀ ਲੱਗਦਾ, ਹੈ ਨਾ, ਮੈਨੂੰ ਵੀ ਲੱਗਿਆ, ਹੈ ਨਾ, ਓਬਵੀਅਸ ਗੱਲ ਹੈ ਵੀ ਯਾਰ ਮੈਂ ਸ਼ਾਇਦ ਉਹ ਚੀਜ਼ ਉਹ ਸਨੀ ਵੀ ਸਮਝ ਗਿਆ ਹੋਊਗਾ, ਸਾਰੇ ਸਮਝ ਗਏ ਹੋਣਗੇ। ਠੀਕ ਹੈ ਡਾਰਲਿੰਗ, ਉਹ ਵੀ ਵਧੀਆ ਨੇ ਵਿਚਾਰੇ, ਮੇਰੇ ਲਈ, ਮੇਰੇ ਮਨ ਦੇ ਵਿੱਚ ਉਹਨਾਂ ਲਈ ਕੋਈ ਨੈਗੇਟਿਵਿਟੀ ਨਹੀਂ ਹੈਗੀ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਮੇਰੀ ਸਨੀ ਨਾਲ ਗੱਲ ਹੋਈ ਹੈ, ਹੈ ਨਾ, ਸੋ ਇਹਦਾ ਮਤਲਬ ਇਹ ਵੀ ਨਹੀਂ ਵੀ, ਹੈ ਨਾ ਯਾਰ, ਮੈਂ ਕਿਸੇ ਹੋਰ ਟਾਈਪ ਦਾ ਬੰਦਾ, ਉਹ ਕਿਸੇ ਹੋਰ ਹਿਸਾਬ ਕਿਤਾਬ ਨਾਲ ਸੋਚਦੇ ਆ, ਉਹ ਵੀ ਠੀਕ ਨੇ, ਆਪਣੀ ਜਗ੍ਹਾ ਚੰਗੇ ਨੇ ਯਾਰ, ਮੈਂ ਵੀ ਆਪਦਾ, ਹੈ ਨਾ, ਪਰ ਜਿਹੜੀ ਚੀਜ਼ ਮੈਂ ਸੋਚਦਾ ਜਾਂ ਨਾ, ਮੈਂ ਤਾਂ ਮੇਰਾ ਤਾਂ ਸੁਭਾਅ ਇਹ ਆ ਜਾਣ ਵੀ ਜਿੱਥੇ ਮੇਰੀ ਇੱਕ ਵਾਰੀ, ਹੈ ਨਾ, ਸਿਸਟਮ ਮੇਰਾ ਖਰਾਬ ਹੋ ਗਿਆ, ਮੇਰੇ ਤੋਂ ਦੁਬਾਰੇ ਐਡਜਸਟਮੈਂਟ ਨਹੀਂ ਹੁੰਦੀ, ਹੈ ਨਾ, ਕੋਈ ਵੀ ਬੰਦਾ, ਹੈ ਨਾ, ਚੱਲ ਸਨੀ ਨੂੰ ਵਧੀਆ ਲੱਗਿਆ, ਹੈ ਨਾ, ਉਹਨੇ ਉਹਦਾ ਐਡਾ ਦਿਲ ਹੈ ਵੀ ਉਹਨੇ ਆ ਕੇ ਕਿਹਾ ਵੀ ਬਾਈ ਮੇਰੇ ਤੋਂ ਗਲਤੀ ਹੋ ਗਈ, ਮੈਂ ਕਿਹਾ ਠੀਕ ਆ ਬਾਈ, ਤੂੰ ਮੇਰਾ ਭਰਾ ਹੈ, ਕੋਈ ਦਿੱਕਤ ਨਹੀਂ, ਸਾਰੀ ਗਲਤੀਆਂ ਕਰਦੇ ਆ ਬਰੋ, ਕਈ ਵਾਰੀ ਮੇਰੇ ਤੋਂ ਵੀ ਹੋਈਆਂ ਹੋਣਗੀਆਂ ਜ਼ਿੰਦਗੀ ਦੇ ਵਿੱਚ, ਮੈਂ ਬਥੇਰੇ ਬੰਦਿਆਂ ਨਾਲ ਲੜਿਆ ਹੋਊਗਾ, ਹੈ ਨਾ, ਅਤੇ ਕੋਈ ਦਿੱਕਤ ਨਹੀਂ ਹੈਗੀ ਜਾਣਾ, ਪਰ ਸਨੀ ਠੀਕ ਹੈ ਵਿਚਾਰਾ, ਓਕੇ ਹੈ, ਹੈ ਨਾ, ਪਰ ਕੁਛ ਕੁ ਬੰਦਿਆਂ ਨਾਲ ਜਿਹੜੇ ਮੈਂ ਜ਼ਿੰਦਗੀ 'ਚੋਂ ਇਲੀਮੀਨੇਟ ਕਰ ਦਿੰਦਾ ਜਾਣਾ, ਮੈਂ ਕਦੇ ਉਹਨਾਂ ਚੀਜ਼ਾਂ ਬਾਰੇ ਸੋਚਦਾ ਵੀ ਨਹੀਂ ਹੈਗਾ ਮੁੜ ਕੇ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਕਹਿੰਦੇ ਹੁੰਦੇ ਨਾ ਵੀ ਜੱਟਾਂ ਦਾ ਸੁਭਾਅ ਇਹ ਹੁੰਦਾ ਵੀ ਕਈ ਵਾਰੀ ਕੀ ਗੰਨਾ ਦੇ ਦਿੰਦੇ ਆ ਕਿ ਭੇਲੀ ਦੇ ਦਿੰਦੇ ਹੁੰਦੇ ਆ, ਹਾਂ ਵੀ ਅਸੀਂ ਆਪਣਾ ਤਾਂ ਸੁਭਾਅ ਹੈ ਜਾਣ ਵੀ ਜਿੱਥੇ ਸਾਡਾ ਦਿਲ ਨਹੀਂ ਮਿਲਦਾ, ਹੈ ਨਾ, ਵੀ ਉੱਥੇ ਚਾਹੇ ਕੋਈ ਵੀ ਹੈ, ਚਾਹੇ ਕਿੱਡਾ ਹੀ ਨੁਕਸਾਨ ਹੋ ਜਾਵੇ, ਚਾਹੇ ਮੈਂ ਯਾਰ ਜਮੀ ਫਲੋਪ ਹੋ ਜਾਵਾਂ, ਮੇਰਾ ਇੱਕ ਵੀ ਗਾਣਾ ਨਾ ਚੱਲੇ ਕੱਲ੍ਹ ਨੂੰ, ਠੀਕ ਹੈ ਡਾਰਲਿੰਗ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਸੈਟਸ ਬਣਾਉਣੇ ਸੀ, ਮੈਂ ਕੁਛ ਕੁ ਬਣਾ ਲਏ, ਕੁਛ ਕੁ ਬਣਾ ਲੈਣੇ ਆ, ਹੈ ਨਾ, ਸੋ ਜਿੱਥੇ ਆਪਣੀ ਜ਼ਿੰਦਗੀ 'ਚ ਅਸੂਲਾਂ ਨਾਲ ਸਮਝੌਤਾ ਨਹੀਂ, ਹੈ ਨਾ, ਜਾਣ ਠੀਕ ਹੈ, ਕਿਤੇ ਰੱਬ ਕੱਲ੍ਹ ਨੂੰ ਕਿਸੇ ਨੇ ਹੋਇਆ ਕਿਤੇ ਮੇਰੇ ਮਨ ਦੇ ਵਿੱਚ ਇਹ ਆਈ, ਹੈ ਨਾ, ਠੀਕ ਹੈ, ਪਰ ਵੀ ਮੈਂ ਹਾਲੇ ਮੇਰੇ ਯਾਨੀ ਕਿ ਦਿਮਾਗ ਦਾ, ਮੇਰੇ ਮਨ ਦਾ, ਜਿਹੜਾ ਮੇਰੀ ਅੰਤਰਾਤਮਾ ਦਾ ਮਾਹੌਲ ਨਹੀਂ ਹੈਗਾ, ਹੈ ਨਾ, ਅਤੇ ਮੈਂ ਜਿੱਥੇ ਜਾਣ ਮੇਰੀ ਵਿਗੜ ਜਾਂਦੀ ਹੈ ਡਾਰਲਿੰਗ, ਮੈਂ ਔਖਾ ਸੌਖਾ ਮੈਂ ਕਰ ਨਹੀਂ ਸਕਦਾ, ਮੈਂ ਸਿਰਫ ਇਹ ਵੀ ਨਹੀਂ ਵੀ ਮੈਂ ਕਿਸੇ ਬੰਦੇ 'ਤੇ ਨੈਗੇਟਿਵਿਟੀ ਕਰਾਂ, ਜਾਂ ਵੀ ਜੇ ਜਾਂ ਕਿਸੇ ਨੇ ਮੈਨੂੰ ਮਾੜਾ ਬੋਲਿਆ ਤਾਂ ਮੈਂ ਉਹਦਾ ਨੁਕਸਾਨ ਕਰਾਂ, ਪਰ ਮੇਰਾ ਇਹ ਠੀਕ ਹੈ ਯਾਰ, ਜਾਂ ਸਜ਼ਾ ਦੇਣ ਵਾਲਾ, ਮਾੜਾ ਕਰਨ ਵਾਲਾ, ਜਾਂ ਇਨਸਾਫ ਕਰਨ ਵਾਲਾ, ਪਰਮਾਤਮਾ ਦੇ ਟਾਈਮ ਆ, ਵਕਤ ਸਭ ਤੋਂ ਵੱਡੀ ਚੀਜ਼ ਹੈ, ਹੈ ਨਾ, ਜਿਨ੍ਹਾਂ ਨੇ ਸਾਡੇ ਬਾਰੇ ਮੇਰੇ ਬਾਰੇ ਕੁਛ ਨੈਗੇਟਿਵਿਟੀ ਕੀਤੀ, ਹੈ ਨਾ, ਉਹਨਾਂ ਨੂੰ ਅੱਜ ਦਿਖੀ ਜਾਂਦਾ ਸਾਰਾ ਕੁਛ, ਹੈ ਨਾ, ਕਈ ਬੰਦਿਆਂ ਨੂੰ ਆਪਣਾ ਪਤਾ ਲੱਗ ਗਿਆ, ਹੈ ਨਾ, ਵੀ ਠੀਕ ਹੈ ਯਾਰ ਉਹ ਸਹੀ ਨਹੀਂ ਸੀ, ਹੈ ਨਾ, ਜਾਂ ਕੁਛ ਹੋਰ ਨਹੀਂ ਸੀ, ਮੈਨੂੰ ਠੀਕ ਹੈ ਯਾਰ, ਜਿਨ੍ਹਾਂ ਨੇ ਆਪਣੀ ਚੀਜ਼ ਉਹ ਮੰਨ ਲਈ ਵੀ ਹਾਂ ਬਾਈ ਯਾਰ ਇੱਥੇ ਅਸੀਂ ਗਲਤੀ, ਠੀਕ ਹੈ ਯਾਰ, ਆਲਵੇਜ਼ ਕੋਈ ਦਿੱਕਤ ਨਹੀਂ, ਲੜਾਈਆਂ ਝਗੜੇ ਹੁੰਦੇ ਰਹਿੰਦੇ ਆ, ਕਈ ਬੰਦਿਆਂ ਨੂੰ ਆਪਾਂ ਮੰਨ ਲੈਂਦੇ ਵੀ ਚੱਲ ਠੀਕ ਹੈ ਯਾਰ ਤੂੰ ਸਹੀ ਹੈ, ਹੈ ਨਾ, ਕਈ ਬੰਦੇ ਸਹੀ ਹੁੰਦੇ ਨੇ, ਉਹਨਾਂ ਨੂੰ ਉਸ ਤਰੀਕੇ ਨਾਲ ਮੋਲਡ ਕੀਤਾ ਜਾਂਦਾ ਵੀ ਹਾਂ ਇਹ ਗਲਤ ਸੀ, ਇਹਨੇ ਐਂ ਕੀਤਾ ਐਂ ਕੀਤਾ, ਠੀਕ ਹੈ, ਆਪਾਂ ਨੂੰ ਵੀ ਪਤਾ ਸਾਰੀ ਦੁਨੀਆਦਾਰੀ, ਪਰ ਇਹ ਆ ਵੀ ਕਿਤੇ ਕਿਤੇ ਨਾ ਕਿਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਠੀਕ ਹੈ ਯਾਰ ਜਿਹੜੇ, ਹੈ ਨਾ, ਆਪੋ ਆਪਣੇ ਕੰਮ ਨੂੰ ਸਾਰੇ ਘੈਂਟ ਨੇ ਸਾਰੇ, ਕੋਈ ਵੀ ਇੱਥੇ ਜਿਹੜਾ ਕੰਮ ਕਰੀ ਜਾਂਦਾ, ਹੈ ਨਾ, ਅਤੇ ਸੋ ਕੋਈ ਮਸਲਾ ਨਹੀਂ ਹੈਗਾ ਜਾਣ ਵੀ, ਜਾਂ ਤੁਸੀਂ ਕਹੀ ਜਾਓਗੇ ਵੀ ਐਂ ਕਰਦੀ ਜਾਂ ਉਹਦੇ ਨਾਲ, ਨੈਗੇਟਿਵਿਟੀ ਕਿਸੇ ਲਈ ਵੀ ਨਹੀਂ ਹੈਗੀ, ਕੋਈ ਵੀ ਬੰਦਾ ਹੋਗਾ ਚਾਹੇ ਉਹ ਮੇਰੇ ਵਿਰੋਧੀ ਹੈ ਚਾਹੇ ਉਹ ਮਾੜਾ ਚਾਹੇ ਜੋ ਵੀ, ਹੈ ਨਾ, ਕਿਉਂਕਿ ਹੁਣ ਇਹ ਟਾਈਮ ਡਾਰਲਿੰਗ ਨੈਗੇਟਿਵਿਟੀ ਦਾ ਨਹੀਂ ਹੈਗਾ, ਟਾਈਮ ਸਿਰਫ ਕੰਮ ਕਰਨ ਦਾ, ਹੈ ਨਾ, ਜੋ ਵੀ ਜਿੱਦਾਂ ਨਾ, ਹਾਂ ਇਹ ਹੋ ਸਕਦੀ ਹੈ ਮੇਰੀ ਇੰਟਰਨਲ ਵਿਚਾਰਧਾਰਾ ਹੋਵੇ ਮੇਰੀ ਕਿਸੇ ਨਾਲ ਨਹੀਂ ਬਣਦੀ, ਮੇਰੀ ਨਹੀਂ ਬਣਦੀ ਅਤੇ ਮੇਰੀ ਕਈ ਵਾਰੀ ਨਹੀਂ ਬਣਦੀ ਵੀ ਨਹੀਂ, ਹੈ ਨਾ, ਸੋ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਮੇਰਾ ਮਿਊਜ਼ਿਕ ਆ, ਮਿਊਜ਼ਿਕ ਮੇਰਾ ਅਲੱਗ ਹੈ, ਮੇਰੀ ਪਰਸਨਲ ਲਾਈਫ ਅਲੱਗ ਹੈ, ਜਾਂ ਕੋਈ ਬੰਦਾ ਮੈਨੂੰ ਚੰਗਾ ਲੱਗਦਾ ਕੋਈ ਨਹੀਂ ਲੱਗਦਾ, ਜਿਹੜੇ ਨਹੀਂ ਲੱਗ ਰਹੇ ਉਹ ਨਹੀਂ ਲੱਗਣਗੇ, ਅੱਗੇ ਵੀ ਨਹੀਂ ਲੱਗਣਗੇ, ਠੀਕ ਹੈ, ਜਿਹੜੇ ਜਿਹਦੇ ਨਾਲ ਮੈਂ ਠੀਕ ਹਾਂ ਜਾਂ ਉਹਨਾਂ ਨਾਲ।